ਵੈਲਕਮ ਬੈਕ। ਕੀ ਹਾਲ ਚਾਲ ਆ ਬਾਬਿਓ? ਅੱਜ ਆਪਾਂ ਚੱਲੇ ਹਾਂ ਜਲੰਧਰ ਅਤੇ ਪ੍ਰੀਤ ਨੂੰ ਅੱਜ ਆਪਾਂ ਘਰੇ ਛੱਡ ਜਾਣਾ, ਪ੍ਰੀਤ ਨੇ ਨਹੀਂ ਜਾਣਾ ਹੈਗਾ। ਚੱਲ ਆ ਜਾ। ਅਤੇ ਚਲੋ, ਹਾਰਦਿਕ ਦੀ ਦਵਾਈ ਲੈ ਲਈ ਹੈ, ਜਲੰਧਰ ਚੱਲੇ ਸੀਗੇ ਅਤੇ ਇਹਨੂੰ ਆ ਰਿਹਾ ਵਾ ਫੀਵਰ। ਮੈਂ ਕਿਹਾ ਇਹਦੀ ਦਵਾਈ ਲੈ ਕੇ ਅਤੇ ਫਿਰ ਹੀ ਚੱਲਦੇ ਹਾਂ ਕਨਵਰ ਮੈਡੀਕਲ ਹਾਲ, ਉਹਦੇ ਤੋਂ ਲੈਣੀ ਆਪਾਂ ਦਵਾਈ। ਉਹ ਵੀ ਬਾਬਿਓ ਦਵਾਈ ਲੈ ਲਈ ਆਪਾਂ ਅਤੇ ਦਵਾਈ ਲੈ ਕੇ ਨਿਕਲ ਪਏ ਹਾਂ ਹੁਣ ਆਪਾਂ ਘਰ ਨੂੰ। ਪਹਿਲਾਂ ਮਾਤਾ ਨੂੰ ਪਿਕਅਪ ਕਰ ਲਈਏ, ਮਾਤਾ ਨੂੰ ਪਿਕਅਪ ਕਰਕੇ ਅਤੇ ਫਿਰ ਆਪਾਂ ਨਿਕਲਦੇ ਹਾਂ ਜਲੰਧਰ ਵਾਸਤੇ। ਆਹ ਦੇਖ ਪੰਛੀ ਨੇ ਕਿਸੇ ਨੇ ਬਿੱਠ ਕਰਤੀ ਆ ਗੱਡੀ ਦੇ ਉੱਤੇ। ਗਰਮੀ ਐਡੀ ਆ, ਗਰਮੀ ਹੋਏ ਹੋਏ ਗਰਮੀ ਵਾਟ 'ਚ ਗੱਡੀਆਂ ਭੁੱਖ ਜਾਂਦੀਆਂ ਨੇ। ਇੱਕ ਮਿੰਟ ਲਈ ਗੱਡੀ 'ਚੋਂ ਨਿਕਲ ਕੇ ਜਾਓ, ਗੱਡੀ ਐਂ ਹੋ ਜਾਂਦੀ ਜਿਵੇਂ ਤੰਦੂਰ ਲਾਇਆ ਹੁੰਦਾ ਵਾ, ਤੰਦੂਰ ਰੰਗ ਤੱਪਣ ਲੱਗ ਪੈਂਦੀ ਹੈ ਗੱਡੀ ਇੱਕ ਮਿੰਟ ਦੇ ਵਿੱਚ ਹੀ। ਸਵਿਫਟ ਦਾ ਨਵਾਂ ਮਾਡਲ ਜਿਹੜਾ ਆਇਆ ਬਹੁਤ ਘੈਂਟ ਆ ਨਾ, ਮੈਂ ਦੇਖਿਆ ਪ੍ਰੋਜੈਕਟਰ ਲਾਈਟਾਂ ਆਈਆਂ, ਦੇਖਿਆ ਸਾਰਾ ਹੀ ਚੇਂਜ ਕਰਤਾ ਹੋਰ ਸਾਰੇ ਪਿੱਛੇ ਦੀਆਂ ਲਾਈਟਾਂ, ਕੁਆਲਿਟੀ ਹਲਕੀ ਕਰਤੀ ਹੋਰ ਹਲਕੀ ਕਰਤੀ। ਅੱਛਾ, ਉਹ ਐਂ ਦੱਬਾ ਬੰਦੇ ਨੇ ਉਹ ਦੱਬਦਾ ਸੀਗਾ ਨਾ, ਮੁੜਦੀ ਸੀਗੀ, ਫੋਲਡ ਹੁੰਦੀ ਸੀ ਛੱਤ ਵੀ ਤੇ ਪਿੱਛੋਂ ਵੀ। ਕਿਹਦੀ? ਨਵੀਂ ਸਵਿਫਟ ਦੀ? ਐਵਰੇਜ ਨੂੰ ਸਿਰ 'ਚ ਮਾਰਨਾ ਜੇ ਸੇਫਟੀ ਹੋਈ ਨਹੀਂ ਹੈਗੀ, ਪਰ ਇਹਦੀ ਸ਼ੇਪ ਸ਼ੂਪ ਬਹੁਤ ਸੋਹਣੀ ਦਿੱਤੀ ਇਹਨਾਂ ਨੇ, ਸ਼ੇਪ ਲਾਏ ਪ੍ਰੋਜੈਕਟਰ ਲਾਈਟਾਂ ਨੇ ਐਲ ਈ ਡੀ ਸਾਰੀਆਂ, ਅਤੇ ਉੱਦਾਂ ਵੀ ਗੱਡੀ ਦੀ ਲੁੱਕ ਬਹੁਤ ਸੋਹਣੀ ਹੈ, ਲਾਏ ਲੋਏ ਪਾ ਕੇ ਬਹੁਤ ਘੈਂਟ ਲੱਗਦੀ ਹੈ ਗੱਡੀ। ਪਰ ਇਹਦੀ ਬਿਲਡ ਕੁਆਲਿਟੀ ਵੀ ਹੋਣੀ ਚਾਹੀਦੀ, ਸੇਫਟੀ ਪਹਿਲਾਂ ਵਾ ਯਾਰ, 3 ਸਟਾਰ 4 ਸਟਾਰ ਤਾਂ ਹੋਣਾ। ਚਲੋ ਗਾਈਸ, ਜਿੱਦਾਂ ਵੀ ਆ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਹੈ ਜਿਹੜੀ ਨਵੀਂ ਸਵਿਫਟ ਆਈ ਆ, ਸਾਰਿਆਂ ਨੂੰ ਵਧੀਆ ਲੱਗੀ ਆ? ਲੋ ਵੀ ਬਾਬੇ ਉਹ ਘਰੇ ਆਪਾਂ ਪਹੁੰਚਣ ਵਾਲੇ ਹਾਂ ਬਸ, ਅਤੇ ਘਰੇ ਪਹੁੰਚ ਕੇ ਤੁਹਾਨੂੰ ਮਿਲਦੇ ਹਾਂ। ਬਾਏ ਟਾਟਾ, ਕੁੰਡਾ ਲਾ ਲਈ ਠੀਕ ਹੈ ਕਿ ਨਹੀਂ? ਹਾਂ, ਅੱਜ ਮੋਟੂ ਨੂੰ ਘਰੇ ਛੱਡ ਕੇ ਚੱਲੇ ਹਾਂ ਅਸੀਂ, ਅਤੇ ਮੋਟੇ ਜੀ ਆ ਫੋਨ ਨਾ ਵੇਖਦਾ ਰਹੀ, ਮੈਂ ਤੁਹਾਨੂੰ ਕਹਿਤਾ ਜੀ ਠੀਕ ਹੈ ਕਿ ਨਹੀਂ? ਕੱਦੂਆਂ ਜੀ ਨਹੀਂ ਤਾਂ ਤੇਰੇ ਬੜਿਸ 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 ਪੈਣੀਆਂ ਨੇ। ਹਾਂ ਆ ਜਾਵਾਂਗੇ ਟਾਈਮ ਨਾਲ, ਚੱਲ ਬਾਏ ਟਾਟਾ। ਲੋ ਵੀ ਮਿੱਤਰੋ, ਘਰੋਂ ਨਿਕਲ ਪਏ ਹਾਂ ਆਪਾਂ ਠੀਕ ਆ, ਅਤੇ ਤਿਆਰ ਸ਼ਿਆਰ ਹੋ ਕੇ ਸਿੱਧਾ ਨਹਿਰੋਂ ਨਹਿਰ ਜਾ ਰਹੇ ਹਾਂ। ਵੇਖੋ ਨਹੀਂ ਨਹੀਂ ਉੱਧਰ ਦੀ ਕੱਢਾਂਗੇ, ਕੀ ਕਹਿੰਦੇ ਇੱਧਰ ਦੀ ਟੋਲ ਪੈ ਜਾਂਦਾ ਵਾ, ਫਲਾਈਓਵਰ ਬਣ ਗਿਆ ਮਿਲਕ ਪਲਾਂਟ ਵਾਲਾ, ਉੱਥੋਂ ਦੀ ਕੱਢ ਲੈਣੀ ਆ ਇੱਧਰ ਦੀ ਉਹ, ਨਾਲੇ ਤਾਂ 10 ਕਿਲੋਮੀਟਰ ਗੱਡੀ ਫਾਲਤੂ ਚੱਲਦੀ ਹੈ, ਨਾਲੇ ਟੋਲ ਪੈ ਜਾਂਦਾ ਵਾ ਤੁਹਾਨੂੰ 100 ਰੁਪਏ ਦਾ, ਪਹਿਲਾਂ ਕੀ ਆ ਆਪਣਾ ਹੁਣ 70 ਜਾਣਦੇ ਆ, 30 ਆਉਂਦੇ ਆ, 100 ਰੁਪਏ ਦਾ ਟੋਲ ਲੱਗ ਜਾਂਦਾ ਵਾ। ਜਿਹੜੀ ਟੈਂਕੀਆਂ ਨੇ ਇਹ ਇੰਡੀਆ ਦੇ ਵਿੱਚ ਹੀ ਬਣਦੀਆਂ ਨੇ, ਬਾਹਰ ਨਹੀਂ ਇਹ ਟੈਂਕੀਆਂ ਬਣਦੀਆਂ, ਬਾਹਰ ਨਹੀਂ ਬਣਾਉਂਦੇ ਆਪਾਂ ਤਾਂ, ਜਿਵੇਂ ਇੰਡੀਆ ਦੇ ਵਿੱਚ ਆਪਣੇ ਕੋਠਿਆਂ ਦੇ ਉੱਤੇ ਵੀ ਟੈਂਕੀਆਂ ਰੱਖਦੇ ਹਾਂ ਨਾ, ਆਪਣੇ ਇੰਡੀਆ ਦੇ ਵਿੱਚ ਆਪਾਂ ਛੱਤਾਂ ਦੇ ਉੱਤੇ ਟੈਂਕੀਆਂ ਰਖਾਈਆਂ ਹੁੰਦੀਆਂ ਨੇ, ਫੋਰਨ ਦੇ ਵਿੱਚ ਮੈਂ ਬਾਹਰ ਵੇਖਿਆ ਉਹਨਾਂ ਨੇ ਅੰਡਰਗਰਾਊਂਡ ਜ਼ਮੀਨ ਦੇ ਨੀਚੇ ਟੈਂਕ ਬਣਵਾਏ ਹੁੰਦੇ ਆ। ਆਹ ਸਾਹਮਣੇ ਹੈਗਾ ਫਿਰੋਜ਼ਪੁਰ ਰੋਡ ਦੋਸਤੋ, ਇੱਥੋਂ ਆਪਾਂ ਅਗਰ ਲੈਫਟ ਮੁੜ ਜਾਵਾਂਗੇ ਫਿਰੋਜ਼ਪੁਰ ਨੂੰ ਚਲਾ ਜਾਂਦਾ ਇਹ ਰਾਸਤਾ, ਅਤੇ ਰਾਈਟ ਇਹ ਇੱਧਰ ਘੰਟਾ ਘਰ ਨੂੰ ਚਲ ਜਾਂਦਾ ਰੇਲਵੇ ਸਟੇਸ਼ਨ ਨੂੰ, ਜਲੰਧਰ ਨੂੰ ਵੀ ਇਹੀ ਚਲਾ ਜਾਂਦਾ ਵਾ। ਉਹ ਆਪਾਂ ਲੈਣਾ ਯੂਟਰਨ ਲੈ ਕੇ ਆਪਾਂ ਬ੍ਰਿਜ 'ਚ ਉੱਪਰ ਚੜ੍ਹਾ ਲੈਣਾ ਵਾ। ਬਹੁਤ ਵਧੀਆ ਸਿਸਟਮ ਹੋ ਗਿਆ ਜਿਹੜਾ ਫਲਾਈਓਵਰ ਬਣਾ ਦਿੱਤਾ ਨਾ ਇਹਨਾਂ ਨੇ। ਚਲੋ ਰੋਡ ਵਧੀਆ ਬਣਿਆ, ਟੋਲ ਲੈ ਵੀ ਲੈਣ ਫਿਰ ਵੀ ਨਹੀਂ ਬਦਲ ਚੁੱਕਾ ਯਾਰ, ਦੇਖੋ ਸਾਰਾ ਇਹ 6 ਲੇਨ ਬਣਾਇਆ ਹੋਇਆ ਹੈ। ਮੋਦੀ ਜੀ ਨੇ ਵਿਚਾਰੇ ਨੇ ਕੀਤਾ ਹੈ, ਮੋਦੀ ਨੇ ਮੋਦੀ ਦੇ ਰਾਜ ਚ ਹੀ ਬਣੇ ਆ ਸਾਰੇ ਪੁਲ ਪਲ ਪਹਿਲੇ ਕਿੱਥੇ ਸੀ ਇਹ? ਹਾਂ ਇਹ ਕੰਮ ਤੇ ਕਰਾਇਆ ਉਹਨੇ, ਕੰਮ ਤੇ ਕਰਾਇਆ ਮੋਦੀ ਨੇ, ਐਸੀ ਗੱਲ ਨਹੀਂ ਹੈ ਵੀ ਨਹੀਂ ਕੀਤੇ, ਮੋਦੀ ਦਾ ਕੰਮ ਵਧੀਆ। ਪਾਰਲੀਮੈਂਟ ਨਵੀਂ ਬਣਾਤੀ ਉਹਨੇ, ਕਈ ਕੰਮ ਕੀਤੇ ਆ ਉਹਨੇ, ਸਟੈਚੂ ਬਣਾਇਆ ਵਾ ਰਾਜ ਦਾ ਸਭ ਤੋਂ ਵੱਡਾ ਦੁਨੀਆ ਦਾ, ਵੱਲਭ ਭਾਈ ਪਟੇਲ ਦਾ ਸਟੈਚੂ ਬਣਾਇਆ, ਕਈ ਕੰਮ ਕੀਤੇ ਆ ਮੋਦੀ ਨੇ, ਰਾਮ ਮੰਦਿਰ ਦਾ ਨਿਰਮਾਣ ਜਿਹੜਾ ਬਣਾਇਆ ਉਹ ਦੁਨੀਆ ਬਹੁਤ ਜਾ ਰਹੀ ਹੈ ਦੇਖਣ ਵਾਸਤੇ। ਹਾਂ ਵਧੀਆ ਕੰਮ ਕੀਤੇ ਆ ਉਹਨੇ, ਕਈ ਕੰਮ ਵਧੀਆ ਕੀਤੇ ਆ। ਚਲੋ ਆ ਕਿਸਾਨਾਂ ਦੇ ਬਿੱਲ ਬੁੱਲ ਲਿਆਇਆ ਸੀਗਾ ਇਹਦੇ ਕਰਕੇ ਥੋੜ੍ਹਾ ਜਿਹਾ ਸੀਗਾ। ਆ ਗਿਆ ਪੀ ਵੀ ਆਰ ਸਿਨੇਮਾ ਹੋਟਲ ਪਾਰਕ ਪਲਾਜ਼ਾ, ਕਾਂਗਰਸ ਦੀ ਮੋਹਰ ਲਗਾਈ ਹੋਈ ਹੈ, ਦੇਖੋ
ਮੋਹਾਲੀ ਕਰਤੀ, ਇੱਕ ਮਾਲ ਲਗਾਤੀ ਹੈ ਪਾਰਕ ਪਲਾਜ਼ਾ ਦੀ। ਤਾਂ ਘੰਟਾ ਘਰ ਥੱਲੇ ਇੱਧਰ ਬਹੁਤ ਰਸ਼ ਹੁੰਦਾ ਸੀ, ਸਾਰੇ ਪੁਰਾਣਾ ਬਾਜ਼ਾਰ ਆ ਓਲਡ ਲੁਧਿਆਣਾ ਦੋਸਤੋ, ਸਾਰਾ ਚੌੜਾ ਬਾਜ਼ਾਰ, ਰਾਣੀ ਬਾਜ਼ਾਰ, ਸਾਰਾ ਸਾਬਣ ਮਾਰਕੀਟ ਹੈ, ਸਭ ਥੱਲੇ ਆ ਇੱਧਰ। ਆਹ ਪਾਰਕਿੰਗ ਬਣੀ ਸੀ ਮਲਟੀ ਲੈਵਲ ਪਾਰਕਿੰਗ, ਖੰਡਰ ਬਣ ਗਈ ਆ ਦੋਸਤੋ, ਕੋਈ ਯੂਜ਼ ਨਹੀਂ ਹੋ ਰਿਹਾ ਇਹਦਾ, ਕੋਈ ਕੁਛ ਨਹੀਂ, ਸਾਰੀ ਖੰਡਰ ਬਣ ਗਈਆਂ। ਲੁਧਿਆਣੇ 'ਚ ਬਹੁਤ ਪ੍ਰੋਜੈਕਟ ਇੱਦਾਂ ਦੇ ਲੱਗੇ ਜਿਹੜੇ ਬਿਲਕੁਲ ਵਿਰਾਨ ਹੋ ਗਏ, ਖੰਡਰ ਹੋ ਗਏ, ਕਈ ਕਈ 100 ਕਰੋੜ ਰੁਪਏ ਦੇ ਪ੍ਰੋਜੈਕਟ ਸੀਗੇ। ਆ ਗਏ ਹਾੜੀਜ਼ਵੜ, ਹਾੜੀਜ਼ਵੜ ਦਾ ਐਂਟਰੀ ਗੇਟ ਪਹਿਲਾਂ ਬਹੁਤ ਚੱਲਦਾ ਰਿਹਾ ਦੋਸਤੋ ਹਾੜੀਜ਼ਵੜ, ਹੁਣ ਇਹ ਵੀ ਪਿੱਟ ਗਿਆ ਵੇ। ਆਹ ਇੱਧਰ ਹੈਗਾ ਹਾੜੀਜ਼ਵੜ, ਅੱਜ ਸੰਡੇ ਆ, ਸੰਡੇ ਦੇਖ ਲਓ ਕਿੰਨਾ ਕੁ ਰਸ਼ ਆ, ਖਾਲੀ ਵਿਆ ਪੂਰਾ ਹਾੜੀਜ਼ਵੜ, ਝੂਲਾ ਕੋਈ ਨਹੀਂ ਚੱਲਣ ਡਿਆ ਦੇਖ ਲਓ। ਨਹੀਂ ਤਾਂ ਹਾੜੀਜ਼ਵੜ ਅੱਗੇ ਬਹੁਤ ਰਸ਼ ਹੁੰਦਾ ਰਿਹਾ, ਹੁਣ ਸੰਡੇ ਦਾ ਪੈਰ ਧਰਨ ਥਾਂ ਨਹੀਂ ਸੀ ਹੁੰਦੀ। ਉਹ ਬਾਬਿਓ ਤੇਲ ਪਵਾ ਲਿਆ ਗੱਡੀ ਦੇ ਵਿੱਚ, ਅਤੇ ਚਲੋ ਹੁਣ ਆਪਾਂ ਖਿੱਚ ਦਈਏ ਗੱਡੀ, ਅਤੇ ਹੁਣ ਆਪਾਂ ਕਿਤੇ ਨਹੀਂ ਰੁਕਣਾ ਹੈਗਾ, ਹਵੇਲੀ ਰੁਕਣਾ ਮੈਂ ਤਾਂ, ਮੈਂ ਕਿਹਾ ਛੱਡੋ ਪਰੇ ਰਹਿਣ ਦੀ ਹਵੇਲੀ ਹੋਲੀ, ਕੀ ਕਰਨਾ ਆਪਾਂ, ਦੇਖੋ ਫਾਸਟੈਗ ਵਾਲਿਆਂ ਨੇ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ। ਫਾਸਟੈਗ ਇਹਨਾਂ ਨੇ ਪੇਟੀਐਮ ਦੇ ਬੰਦ ਕਰਤੇ ਆ, ਨਵਾਂ ਵਸੂੜੀ ਪਾ ਛੱਡੀ ਆ ਲੋਕਾਂ ਨੂੰ, ਪੇਟੀਐਮ ਦੇ ਫਾਸਟੈਗ ਬੰਦ ਹੋ ਗਏ ਆ, ਅਤੇ ਜਿਹੜਾ ਅਗਲਾ ਕੋਈ ਨਿਕਲਦਾ ਵਾ ਉਹ ਵਿਚਾਰਾ ਹੁਣ ਖੱਜਲ ਹੁੰਦਾ ਫਿਰਦਾ ਵਾ। ਲੋ ਵੀ ਬਾਬਿਓ ਪਹੁੰਚ ਗਿਆ, ਹੁਣ ਆਪਾਂ ਲਾਡੋਵਾਲ ਟੋਲ ਟੈਕਸ। ਆ ਜਿਹੜਾ ਦੋਸਤੋ ਮੁੰਡਾ ਜਿਹੜਾ ਸ਼ੁਭ ਕਰਨ ਸ਼ਹੀਦ ਹੋਇਆ ਸੀਗਾ ਮੋਰਚੇ ਦੇ ਉੱਤੇ, ਦੇਖਿਓ ਕਿੰਨਾ ਟਾਈਮ ਦੇ ਵਿੱਚ ਖੋਲਦੇ ਆ। ਚਲੋ ਖੋਲਦਾ ਵਾ ਬੀਬੀ ਨੇ ਟੈਗ, ਇਹੋ ਜਿਹੇ ਸਿਸਟਮ ਨੇ ਇਹਨਾਂ ਦੇ, 10 ਮਿੰਟ ਬਾਅਦ ਸਿਸਟਮ ਚੱਕਦਾ ਵਾ ਕਿ ਗੱਡੀ ਦਾ ਟੈਗ ਲੱਗਿਆ ਜਾਂ ਨਹੀਂ ਲੱਗਿਆ। ਸਤਲੁਜ ਪੂਰਾ ਸੁੱਕਾ ਪਿਆ, ਪਾਣੀ ਹੈ ਨਹੀਂ ਸਤਲੁਜ ਦੇ ਵਿੱਚ। ਅੰਸਲ ਪਲਾਜ਼ਾ ਬਣਿਆ ਸੀਗਾ ਦੋਸਤੋ ਹਵੇਲੀ ਦੇ ਸਾਹਮਣੇ, ਬੜਾ ਚੱਲਦਾ ਰਿਹਾ ਅੰਸਲ ਪਲਾਜ਼ਾ, ਉਹ ਨਾਮ ਸੀਗਾ ਇਹਦਾ ਵੀ, ਖੰਡਰ ਹੀ ਬਣ ਗਿਆ ਦੇਖੋ ਸਾਰਾ ਅੰਸਲ ਪਲਾਜ਼ਾ, ਇਹ ਸਾਰਾ ਅੰਸਲ ਪਲਾਜ਼ਾ ਖੰਡਰ ਬਣ ਚੁੱਕਿਆ ਦੇਖੋ। ਲੋਕ ਹੁਣ ਉਹਦੇ ਨਸ਼ੇੜੀ ਹੋਏ ਅੰਦਰ ਵੜਦੇ ਆ, ਤੋੜ ਤੋੜ ਕੇ ਸਾਰਾ ਲੈ ਗਏ ਸ਼ੀਸ਼ੇ ਸ਼ੀਸ਼ੇ। ਲੋਕ ਅੱਜ ਪਹੁੰਚ ਗਏ ਲਾਲ ਕਿਲਾ, ਕਿਆ ਕਿਆ ਪੈਕੀ ਹੈ ਸੀ ਇਹਨਾਂ ਨੇ ਆਪਣਾ ਬਤਾਓ ਸਾਰਾ ਸਮਾਨ, ਬਰੱਸ਼ ਯੇ ਕਿਆ ਹੈ, ਸੋਪ, ਬਾਕੀ ਹਾਊਸ ਜਾ ਕੇ ਦਿਖਾਏਂਗੇ ਬਾਕੀ। ਹਾਂ ਸ਼ੀਨੋ ਕੇ ਸਾਰਾ ਸਮਾਨ ਪੈਕ ਕਰ ਲਿਆ, ਬਾਜ਼ਾਰ ਹੀ ਹੈ ਮਾਮੂ ਕੇ ਸਾਥ। ਇੱਕ ਵੀਕ ਮੈਂ ਵੋ ਬੇਚਾਰੀ ਕਹਾਂ ਸੇ ਕਰੇਗੀ, 11 ਤੱਕ ਤੋਂ ਆਤੇ ਹੈ ਇਸਕੋ, 11 ਤੱਕ ਆਤੇ ਹੈ, 12 ਸੇ ਲੈ ਕੇ 20 ਤੱਕ ਹੀ ਕਰਨੇ ਹੈ। ਅਭੀ ਸੈਕੰਡ ਕਲਾਸ ਮੈਂ, ਸੈਕੰਡ ਕਲਾਸ ਕੇ ਬੱਚੇ ਕੋ ਅਬ 20 ਤੱਕ ਟੇਬਲ ਕਰਾ ਦੋ। ਹਾਂਜੀ ਆਨੇ ਚਾਹੀਏ, ਗੁੱਡ ਹੈ। ਦੇਖੋ ਸੈਕੰਡ ਚ ਪੜ ਰਹੀ ਹੈ ਦੋਸਤੋ ਮੇਰੀ ਭਾਣਜੀ, ਤੇ ਇਹਨੂੰ 12 ਤੱਕ ਟੇਬਲ ਹਲੇ ਹੀ ਆਉਂਦੇ ਆ। ਚਲ ਸੁਣਾ ਦੇ 5 ਕਾ ਟੇਬਲ,
ਵੈਰੀ ਗੁੱਡ ਵੈਰੀ ਗੁੱਡ ਕਲੈਪਿੰਗ ਕਰੋ ਆਪਣਾ ਬੈਗ ਪੈਕ ਜਲਦੀ ਜਲਦੀ ਉਹ ਆ ਗਿਆ ਦੇਖੋ ਸਾਡਾ ਕੱਦੂ ਵੀ ਆ ਗਿਆ ਸੀਨੋ ਜਾ ਰਹੀ ਹੈ ਅਬੂ ਬਾਏ ਕਰ ਦੋ ਦੀਦੀ ਨੂੰ ਇਹ ਮੇਰਾ ਭਾਂਜਾ ਗਾਈਸ ਦੇਖੋ ਕਿਤਨਾ ਕਿਊਟ ਹੈ ਜੇ ਚਲੋ ਗਾਈਸ ਸ਼ੀਨੂ ਦਾ ਆਪਾਂ ਸਮਾਨ ਪੈਕ ਕਰ ਲਈਏ ਪੈਕ ਕਰਕੇ ਤੇ ਫਿਰ ਆਪਾਂ ਨਿਕਲਦੇ ਹਾਂ ਤੇ ਫਿਰ ਤੁਹਾਨੂੰ ਮਿਲਦੇ ਹਾਂ ਆਪਾਂ ਗੱਡੀ ਦੇ ਵਿੱਚ ਚਲੋ ਗਾਈਸ ਹੁਣ ਆਪਾਂ ਚੱਲਦੇ ਹਾਂ ਲੁਧਿਆਣੇ ਨੂੰ ਜਲੰਧਰ ਨਿਕਲ ਪਏ ਹਾਂ ਆਪਾਂ ਦੇਖੋ ਜਲੰਧਰ ਤੋਂ ਹੁਣੇ ਨਿਕਲੇ ਹਾਂ ਤੁਰੇ ਹਾਂ ਸ਼ਾਈਨ ਵੀ ਨਾਲ ਆ ਗਿਆ ਸਾਡੇ ਹੁਣ ਸ਼ਾਈਨ ਦੀਆਂ ਗੱਲਾਂ ਸੁਣ ਸੁਣ ਤੁਹਾਡਾ ਹਾਸਾ ਨਹੀਂ ਜੇ ਰੁਕਣਾ ਸ਼ਾਈਨ ਦੀਆਂ ਗੱਲਾਂ ਸੁਣਿਓ ਤੁਸੀਂ ਕਿਤੇ ਹੋ ਜਿੰਨੇ ਬਲੌਗ ਆਉਣੇ ਆ ਜਦ ਤੱਕ ਸ਼ਾਈਨ ਲੁਧਿਆਣੇ ਆ ਪਟਾਕੇ ਹੀ ਆਉਣੇ ਆ ਓਏ ਕੀ ਹੋ ਗਿਆ ਸੀ ਇਹਨੂੰ ਇੱਧਰ ਮੂੰਹ ਕਰਕੇ ਗੱਲ ਕਰਨਾ ਨਾਜੋ ਰੋਜ਼ ਆਪਣੀ ਨਾਨੀ ਘਰ ਜਾਂਦੀ ਆ ਜੇ ਦੇਖੋ ਸ਼ਾਈਨ ਵੀ ਬਲੌਗ ਬਣਾਤੀ ਜਾ ਰਹੀ ਹੈ ਗਾਈਸ ਕਿਆ ਦਿਖਾ ਰਹੇ ਹੋ ਗਾਈਸ ਕੋ ਰੈਂਬੋ ਹੈ ਰੈਂਬੋ ਓਏ ਰੈਂਬੋ ਚਲੋ ਓਏ ਗਾਈਸ ਗਾਈਸ ਸੇ ਬਾਤੇ ਤੋਂ ਕਰ ਲਓ ਥੋੜੀ ਜੀ ਮਾਮੀ ਪਰੇਸ਼ਾਨ ਕਰਦੀ ਹੈ ਤੈਨੂੰ ਕੀ ਪਰੇਸ਼ਾਨ ਕਰਦੀ ਆ ਮਾਮੀ ਤੈਨੂੰ ਫਿਰ ਤੰਗ ਕਰੇਗੀ ਕੀ ਲਾਣਾ ਵਾ ਭਰਾ ਨੇ ਤੂੰ ਲਾ ਕੇ ਕਿੱਥੇ ਜਾਣਾ ਵਾ ਨਹੀਂ ਡਿੱਗਦੀ ਤੂੰ ਕਿੱਦਾਂ ਡਿੱਗ ਜਾਊਗਾ ਕਰਦੀ ਆ ਕਹਿੰਦੀ ਪਿੱਛੇ ਜਾਣਾ ਮੈਂ ਅੱਗੇ ਸੌ ਗਈ ਸੀਗੀ ਤੇ ਪਿੱਛੇ ਭੇਜਤੀ ਆ ਪਿੱਛੇ ਨਾਨੀ ਨਾਲ ਲੱਗੀ ਦੀ ਆ ਗੱਲਾਂ ਮਾਰਨ ਇਹ ਮਾਮੀ ਕੋ ਬਤਾਏਂਗੇ ਕਿ ਸ਼ਾਇਨ ਬੋਲ ਰਹੀ ਉਹ ਆ ਗਈ ਮਾਮੀ ਉਹ ਖੜੀ ਹੈ ਮਾਮੀ ਉਹ ਦੇਖੋ ਉਹ ਖੜੇ ਮਾਮੀ ਪੇਟ ਭਰ ਗਿਆ ਪਾਣੀ ਨਾਲ ਹੀ ਪੇਟ ਭਰ ਗਿਆ ਉੱਥੇ ਇਹਨੂੰ ਕਹਿੰਦੇ ਰਹੇ ਖਾਲਾ 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 ਕੁਛ ਹੈ ਖਾਧਾ ਨੀ ਗਾ ਇਹਨੇ ਤੇ ਹੁਣ ਉਰੇ ਲੁਧਿਆਣੇ ਪਹੁੰਚੇ ਤੇ ਹੁਣ ਕਹਿੰਦੇ ਮੈਨੂੰ ਤਾਂ ਭੁੱਖ ਲੱਗ ਗਈ ਆ ਕਿੱਦਾਂ ਸਿੰਗਲ ਰੋਟ ਨਹੀਂ ਮੇਰਾ ਤੂੰ ਇੱਦਾਂ ਲਾਡੀ ਪਾਣੀ ਆ ਮਾਮੀ ਨਾਲ ਇਹਨੇ ਕਹਿੰਦੀ ਜਾ ਕੇ ਮੈਂ ਇੰਨੀ ਘੁੱਟ ਕੇ ਲਾਡੀ ਪਾਣੀ ਆ ਹੈ ਮਾਮੀ ਨੇ ਤੇਤੋਂ ਖਿਚਣ ਲੱਗਣਾ ਵਾ ਜਦੋਂ ਮਾਮੀ ਤੈਨੂੰ ਘੁੱਟ ਕੇ ਲਾਡੀ ਪਾਉਂਦੀ ਆ ਤੂੰ ਵੀ ਮਾਮੀ ਨੂੰ ਘੁੱਟ ਕੇ ਲਾਡੀ ਪਾ ਦਿਆ ਕਰ ਆਪ ਹੀ ਦੁਆਰਾ ਨਹੀਂ ਪਾਏਗੀ ਮਾਮੀ ਫਿਰ ਲੋ ਗਾਈਸ ਆ ਗਏ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਤਨਾਮ ਸ਼੍ਰੀ ਵਾਹਿਗੁਰੂ ਦਾਤਾ ਜੀ ਮਿਹਰ ਕਰੋ ਦੇਖੋ ਰਾਤ ਦੇ 1 ਵਜ ਗਿਆ ਤਾਂ ਵੀ ਕਿੰਨਾ ਰਸ਼ ਹੈ ਗੁਰਦੁਆਰਾ ਸਾਹਿਬ ਦੇਖੋ ਟਾਈਮ ਕਿੰਨਾ ਹੋ ਗਿਆ ਵੀ 1 ਵਜ ਗਿਆ ਹਾਲੇ ਤੱਕ ਵੀ ਗੁਰਦੁਆਰਾ ਸਾਹਿਬ ਖੁੱਲ੍ਹਾ ਵਾ 24 ਘੰਟੇ ਖੁੱਲ੍ਹਾ ਹੁੰਦਾ ਗਾਈਸ ਇਹ ਗੁਰਦੁਆਰਾ ਸਾਹਿਬ ਜਦੋਂ ਮਰਜ਼ੀ ਆਓ ਸੰਗਤ ਤੁਹਾਨੂੰ ਹਰ ਟਾਈਮ ਹੀ ਮਿਲੂਗੀ ਸੰਗਤ
ਤੇ ਚਲੋ ਆਪਾਂ ਵੀ ਮੱਥਾ ਟੇਕ ਲਈਏ, ਮੱਥਾ ਟੇਕ ਕੇ ਤੇ ਫਿਰ ਤੁਹਾਨੂੰ ਮਿਲਦੇ ਆ। ਮੱਥਾ ਟੇਕ ਲਿਆ ਤੇ ਮੱਥਾ ਟੇਕ ਕੇ ਹੁਣ ਆਪਾਂ ਨਿਕਲਦੇ ਆ ਘਰ ਨੂੰ, ਤੇ ਨਾਲ ਮਿਲੇ ਆਪਾਂ ਨੂੰ ਪ੍ਰਸ਼ਾਦ ਦੇ ਵਿੱਚ ਅੱਜ ਪਰੌਂਠਾ। ਚਲੋ ਸ਼ਾਇਨ ਕਹਿ ਰਹੀ ਸੀਗੀ ਮੈਨੂੰ ਭੁੱਖ ਲੱਗੀ ਹੋਈ ਆ, ਪਰਮਾਤਮਾ ਨੇ ਉਹਦੀ ਸੁਣ ਲਈ, ਦੇਖ ਲਓ ਵਾਹਿਗੁਰੂ ਨੇ ਆਪੇ ਹੀ ਸੁਣ ਲਈ। ਮੈਨੂੰ ਪਤਾ ਸੀਗਾ ਬੱਚੇ ਨੂੰ ਭੁੱਖ ਲੱਗੀ ਦੀ ਆ, ਇਸ ਟਾਈਮ ਕੁਛ ਮਿਲਣਾ ਨੀਗਾ, ਅਤੇ ਪਰੌਂਠੀ ਉੱਥੋਂ ਮਿਲ ਗਈ। ਲਓ ਤੇ ਵਾਸਤੇ ਪਰੌਂਠੀ ਮਿਲ ਗਈ ਆ, ਹਾਲੇ ਤੈਨੂੰ ਭੁੱਖੀ ਲੱਗੀ ਸੀ ਨਾ, ਹਾਲੇ ਪਰੌਂਠਾ ਖਾ ਲਾ ਪਰੌਂਠੀ। ਹਾਂ ਖਾ ਲਾ ਪਰੌਂਠੀ, ਉੱਥੋਂ ਮਿਲੀ ਗੁਰਦੁਆਰਾ ਸਾਹਿਬ ਤੋਂ। ਹਾਂ ਬੱਚੇ ਅੱਛਾ ਕੋਈ ਬਾਤ ਨਹੀਂ, ਮਾਮੂ ਉਹਦਾ ਗਾਟਾ ਵੱਢ ਦੇਣਗੇ, ਇੱਦਾਂ ਕਿਤੇ ਚੋਰੀ ਕਰੇਗਾ। ਹਾਂ ਕਿੰਨੇ ਪ੍ਰਸ਼ਾਦੇ ਬਚੇ ਹੋਏ ਸੀ, ਗਰਮ ਗਰਮ ਪਰੌਂਠੇ ਕੋਈ ਹੈ ਹੀ ਨਹੀਂ ਸੀ ਖਾਣ ਵਾਲਾ, ਤਾਂ ਕਹਿੰਦੇ ਲੈ ਜਾਓ ਕਾਫੀ ਬਚੇ ਹੋਏ ਆ ਪ੍ਰਸ਼ਾਦੇ। ਮੈਂ ਕਿਹਾ ਤੁਸੀਂ ਇੱਕ ਦੇ ਦਿਓ, ਚਲੋ ਪਹਿਲਾਂ ਅਸੀਂ ਮਨਾ ਕਰਤਾ, ਕਹਿੰਦੇ ਲੈ ਲਓ ਭਾਈ ਬਚੇ ਹੋਏ ਆ, ਮੈਂ ਮਨਾ ਨਹੀਂ ਕਰੀਦਾ ਗੁਰੂ ਘਰ ਦੇ ਪ੍ਰਸ਼ਾਦ ਨੂੰ। ਮੈਂ ਕਿਹਾ ਚਲੋ ਦੇ ਦਿਓ, ਮੈਂ ਫਿਰ ਮੈਂ ਕਿਹਾ ਮੇਰੀ ਸ਼ੀਨੋ ਨੂੰ ਭੁੱਖ ਵੀ ਲੱਗੀ ਦੀ ਆ, ਲੈ ਹੀ ਜਾਂਦਾ ਵਾਂ। ਟੇਸਟੀ ਆ ਨਾ, ਹੈ ਨਾ, ਗੁਰੂ ਘਰ ਦਾ ਪ੍ਰਸ਼ਾਦ ਟੇਸਟੀ ਹੁੰਦਾ ਵਾ। ਮੱਥਾ ਟੇਕ ਲਿਆ ਆਪਾਂ ਗੁਰਦੁਆਰਾ ਸਾਹਿਬ ਤੇ, ਹੁਣ ਆਪਾਂ ਪਹੁੰਚਣ ਲੱਗੇ ਆ ਘਰੇ, ਘਰੇ ਪਹੁੰਚ ਗਏ ਤੇ ਫਿਰ ਮਿਲਦੇ ਆ। ਆ ਗਈ ਆ ਮਾਮੀ, ਆ ਗਈ, ਚੱਲ ਮਿਲਾਵਾਂ ਤੈਨੂੰ ਮਾਮੀ ਨਾਲ, ਘੁੱਟ ਕੇ ਲਾਡੀ ਲਾਈ, ਘੁੱਟ ਕੇ ਘੁੱਟ ਕੇ, ਹਾਂ ਮੌਕਾ ਇੱਕ ਹੀ ਮਿਲਣਾ, ਘੁੱਟ ਕੇ ਲਾਡੀ, ਘੁੱਟ ਕੇ ਘੁੱਟ ਕੇ, ਪੇਤ ਕੱਢਦੇ ਦੀ, ਕੱਢਦੇ ਪੇਤੇ ਦੀ। ਰੋਟੀ ਖਾਂਦਾ ਪਿਆ, ਰੋਟੀ ਇਹਦੀ, ਇਹਦੀ ਹਿੱਸੇ ਦਾ ਪ੍ਰਸ਼ਾਦ ਮਿਲ ਗਿਆ, ਕਹਿੰਦੀ ਰਸਤੇ ਜਾ ਕੇ ਮੈਨੂੰ ਭੁੱਖ ਲੱਗ ਗਈ ਆ। ਮੈਂ ਕਿਹਾ ਹੁਣ ਕੀ ਮਿਲਣਾ ਵਾ ਤੈਨੂੰ, ਦੇ ਲਓ ਉੱਥੋਂ ਰੋਟੀ ਗੁਰਦੁਆਰੇ ਮਿਲ ਹੀ ਗਈ। ਅਤੇ ਆਹ ਵਲੋਗ ਕਰਦੇ ਆਪਾਂ ਔਰ ਐਂਡ, ਵੀਡੀਓ ਕਿੱਦਾਂ ਦੀ ਲੱਗੀ, ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ।